ਇਹ ਦੇਖੋ ਜੀ ਜਨਾਬ ਰਿਆਜ਼ ਬੇਕਰੀ ਹੈ ਛੜੋਈ ਨੇ ਬੜੀ ਮਸ਼ਹੂਰ ਬੇਕਰੀ ਹੈ ਔਰ ਕਾਫੀ ਦੂਰ ਤੋਂ ਆਵਾਮ ਅਸ਼ਨੀ ਹੈ ਇੱਥੇ ਰਿਆਜ਼ ਬੇਕਰੀ ਪਰ ਬਿਰਿਆਨੀ ਇੱਥਾਂ ਨੇ ਬੜੀ ਮਸ਼ਹੂਰ ਹੈ ਸਮੋਸੇ ਪਕੌੜੇ ਪੀਜ਼ਾ ਹਰ ਚੀਜ਼ ਮਸਲਾ ਕਿ ਕਾਫੀ ਨਾਂ ਹੈ ਇਸ ਨੂੰ ਦੇਖੋ ਜੀ ਸਾਹਮਣੇ ਸੰਘ ਬੋਰਡ ਪਰ ਨਜ਼ਰ ਆ ਰਿਹਾ ਸੀ ਫੇਸਬੁੱਕ ਪੇਜ ਵੀ ਹੈ ਇਹਨਾਂ ਨਾਲ ਅਤੇ ਅਲ ਰਿਆਜ਼ ਬੇਕਰ 'ਚ ਲਿਖਿਆ ਵਾ ਰੈਸਟੋਰੈਂਟ ਫੂਡ ਸਟੋਰ ਫਾਸਟ ਫੂਡ ਸੁਪਰ ਸਟੋਰ ਪੀਜ਼ਾ ਹਰ ਚੀਜ਼ ਨਾਜ਼ਰੀਨ ਸਾਮੀਨ ਚੜੋਈ ਬਾਜ਼ਾਰ ਆ ਤੁਸੀਂ ਪਹਿਲਾਂ ਵੀ ਇੱਕ ਵੀਡੀਓ 'ਚ ਤੁਹਾਨੂੰ ਦੱਸਿਆ ਸੀ ਉਸ ਦਿਨ ਦੁਕਾਨਾਂ ਅਕਸਰ ਬੰਦ ਸਨ ਸ਼ਾਮ ਦਾ ਟਾਈਮ ਸੀ ਜੀ ਇਹ ਕੋਚ ਜਾ ਰਹੀ ਹੈ ਮੀਰਪੁਰ ਗੁੱਜਰ ਕੋਚ ਪਿੱਛਾ ਲਿਖਿਆ ਫਰੇਟਾ ਛੜੋਈ ਮੀਰਪੁਰ ਜੀ ਅੱਗੇ ਚੂਚਾ ਚੜਾਇਆ ਉਹ ਗੁਰਪੁਰ ਤੋਂ ਅਸ਼ਨਾ ਬਿਲਕੁਲ ਜਾਣਾ ਇੱਥੇ ਸਟਾਫ ਕਰੀਦਾ ਇੱਥੇ ਕੁੜੀ ਦਾ ਉਹ 3 ਵਜੇ ਨਿਕਲਣਾ ਸ਼ਾਮੀ ਘਰ ਉੱਪਰ ਡੋਲਰ ਹੀ ਕਿਹਾ ਕਿਲੋ ਦਾ ਫਰਕ ਪਈ ਆ ਰਿਆਜ਼ ਬੇਕਰ ਨੀ ਕੋਈ ਬ੍ਰਾਂਚ ਹੈ ਜੀ ਬਿਲਕੁਲ ਚੜੋਈ ਨਾ ਬ੍ਰਾਂਡ ਹੈ ਇੱਥੇ ਹੋਰ ਕੋਈ ਪੈਟਰੋਲ ਸਟੇਸ਼ਨ ਖੁੱਲ੍ਹਾ ਨਵਾਂ ਖੁੱਲ੍ਹਾ ਆਹੋ ਇਹ ਕਿਹੜੀ ਰੋਡ ਹੈ ਜੀ ਨਵੀਂ ਬਣਦੀ ਹੈ ਇਸ ਰੋਡ ਕੀ ਬਣਦੇ ਹਨ ਕੰਪਲੀਟ ਹੋਈ ਗਈ ਥੋੜ੍ਹਾ ਥੋੜ੍ਹਾ ਜੀ ਕੰਪਲੀਟ ਹੋਈ ਇਹ ਜਨਾਬ ਚੌਧਰੀ ਵਸੀਮ ਸਾਹਿਬ ਨੂੰ ਰੋਡ ਦਿੱਤੀ ਹੈ ਅੱਛਾ ਜਿਹੜੇ ਇਸਲੇ ਪੀਪਲ ਪਾਰਟੀ ਆਜ਼ਾਦ ਕਸ਼ਮੀਰ ਨੇ ਸਦਰ ਉਮੀਦਵਾਰ ਹੈ ਚੜੋਈ ਰੱਖ ਸਕਦੇ ਹੋ ਜੀ ਚੜੋਈ ਨਾ ਵਿਊ ਖੂਬਸੂਰਤ ਇਲਾਕਾ ਆ ਇਲਾਕੇ ਜਿਹੜੇ
ਸਾਹਮਣੇ ਸੇ ਜਿਹੜੀ ਨਜ਼ਰ ਇਸ ਦੀ ਪਿਆ ਕੋਠੀ ਹੈ ਸ਼ਬਦ ਪੁਲਿਸ ਸਾਹਿਬ ਦੀ ਹੈ ਇਹ ਤਾਂ ਭਾਜੀ ਪਹਿਲਾਂ ਜਨਾਬ ਇੱਥੇ ਕਾਫੀ ਟਾਈਮ ਲੱਗਣਾ ਅਸੀਂ ਚੜ੍ਹੋਈ ਅਸ਼ਨਾ ਜਿਸ ਰਸਤੇ ਸੜਕ ਜਾਣੀ ਵੀ ਹੈ ਇਹ ਪਹਿਲੇ ਹਾਲੀ ਪੈਦਲ ਚੱਲਣਾ ਉਹਨਾਂ ਰਸਤਾ ਵਾ ਅਸੀਂ ਹੁਣ ਅੱਲਾਹ ਕਰਿਆ ਤਾਂ ਸੜਕ ਬਣੀ ਗਈ ਹੈ ਤਾਂ ਟੋਟਲੀ ਅਗਰ ਆਰਾਮ ਨਾਲ ਬੰਨਾ ਜਾਏ ਤਾਂ 10 ਮਿੰਟਾਂ ਪਹੁੰਚ ਜਾਣ ਜਾ ਬਚਾ ਹੋ ਜਾਣਾ ਜੰਗਲ ਨਾਲ ਬੜਾ ਪਿਆਰਾ ਪਿਆ ਬੜੇ ਇਕੱਠੇ ਧੰਦੇ ਦੱਸੋ ਜੀ ਡਾਕਟਰ ਸਾਹਿਬ ਜਨਾਬ ਅੱਜ ਕੈਮਰਾ ਮੈਨ ਹੀ ਨੇ ਪ੍ਰਾਈਜ ਸਰ ਅੰਜਾਮ ਦੇ ਰਹੇ ਚੌਧਰੀ ਡਾਕਟਰ ਸਾਹਿਬ ਤੇ ਵੀ ਇੱਕ ਵੀਡੀਓ ਬਣਦੀ ਕੋਈ ਪਾਣੀ ਉਮਣਾ ਪਿਆ ਸਰ ਰੋਡ ਅੱਗੇ ਲਿੰਕ ਕਰਨੀ ਹੈ ਨਾਦਾ ਟਾਊਨ ਦੀ ਅੱਛਾ ਉਹ ਹਾਲੇ ਸੋਲਿੰਗ ਹੋਈ ਹੈ ਲੋਕ ਸ਼ੁਕ ਨਹੀਂ ਨਾ ਭਾਈ ਉਸ ਪਰ ਤਿਆਰ ਹੋ ਗਈ ਫਿਰ ਜਿਹੜੀ ਜਲਾਲਤ ਰੇੜੀ ਹੈ ਇਹ ਧਮਾਲ ਵਾਲੀ ਰੋਡ ਨਹੀਂ ਖਤਮ ਹੋਈ ਨਾਦਾ ਟਾਊਨ ਤੋਂ ਅੱਗੇ ਵੀ ਕਾਫੀ ਰੋਡ ਖਰਾਬ ਹੈ ਇਹ ਜਗ੍ਹਾ ਰਹਿਣੀ ਸੀ ਜਨਾਬ ਇੱਥੇ ਇਹਨਾਂ ਬੁਲਡੋਜ਼ਰ ਖਲਾਇਆ ਹੋਇਆ ਸੀ ਅਤੇ ਇਹ ਹੁਣ ਜਗ੍ਹਾ ਪੱਕੀ ਕਰੀ ਹੋਈ ਨੇ ਮਾਸ਼ਾਅੱਲਾ ਜੀ ਪੁੱਛੋ ਚੀੜਾਂ ਨੇ ਬੂਟੇ ਨਿੱਕੇ ਨਿੱਕੇ ਅੱਲਾ ਕਰਿਆ ਤਾਂ ਬਚੀ ਗਏ ਵਕਤੀ